Lucky, Kama, Vimi, Pawan. These are beautiful women who portray beautiful messages from the state of Punjab, India. Today, they are going to peek into Grandparents' Day. Well, everybody loves this segment, and the name of this segment is Punjabi Virsa. ਸਾਡੀ ਪੰਜਾਬੀ ਵਿਰਸੇ ਦੀ ਸਾਰੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡਾ ਅੱਜ ਦਾ ਟੌਪਿਕ ਹੈ ਗ੍ਰੈਂਡ ਪੇਰੈਂਟਸ ਡੇ, ਜਿਹੜਾ ਕਿ ਬਹੁਤ ਹੀ ਅਨਮੋਲ ਟੌਪਿਕ ਹੈ। ਸਾਡਾ ਅਸਲੀ ਹੈਰੀਟੇਜ, ਸਾਡੇ ਅਸਲੀ ਸੰਸਕਾਰ ਅਤੇ ਸਾਡੇ ਰੋਲ ਮਾਡਲ, ਜਿਹੜਾ ਕਿ ਸਾਨੂੰ ਉਹਨਾਂ ਤੋਂ ਹੀ ਐਕਚੁਅਲੀ ਮਿਲਦਾ ਹੈ ਅਤੇ ਜਿਨ੍ਹਾਂ ਨੂੰ ਅਸੀਂ ਕੈਰੀ ਕਰਦੇ ਹਾਂ ਅਤੇ ਸਾਰਾ ਟਾਈਮ ਅਸੀਂ ਉਹਨਾਂ ਨੂੰ ਯਾਦ ਰੱਖਦੇ ਹਾਂ। ਜਿਸ ਤਰ੍ਹਾਂ ਮਦਰਸ ਡੇ ਅਤੇ ਫਾਦਰਸ ਡੇ ਮਨਾਇਆ ਜਾਂਦਾ ਹੈ, ਇਸੇ ਤਰ੍ਹਾਂ ਹੀ ਗ੍ਰੈਂਡ ਪੇਰੈਂਟਸ ਡੇ, ਨੈਸ਼ਨਲ ਗ੍ਰੈਂਡ ਪੇਰੈਂਟਸ ਡੇ ਸਪਟੈਂਬਰ 10 ਨੂੰ ਪਿਛਲੇ ਐਤਵਾਰ ਮਨਾਇਆ ਗਿਆ ਹੈ। ਹਾਲਾਂਕਿ ਆਪਾਂ ਪੰਜਾਬੀਆਂ ਫੈਮਲੀਆਂ ਵਿੱਚ ਜ਼ਿਆਦਾਤਰ ਲੋਕ ਇਕੱਠੇ ਰਹਿੰਦੇ ਹਨ ਅਤੇ ਹਰ ਦਿਨ ਹੀ ਮਦਰਸ ਡੇ, ਫਾਦਰਸ ਡੇ ਅਤੇ ਗ੍ਰੈਂਡ ਪੇਰੈਂਟਸ ਡੇ ਹੁੰਦਾ ਹੈ, ਪਰ ਇੱਕ ਸਪੈਸ਼ਲ ਫੀਲਿੰਗ ਕਰਾਉਣ ਵਾਸਤੇ, ਉਹਨਾਂ ਨੂੰ ਮਹੱਤਤਾ ਦੇਣ ਵਾਸਤੇ ਅਤੇ ਸਾਰਿਆਂ ਨੂੰ ਇਕੱਠੇ ਕਰਨ ਦਾ ਮੌਕਾ ਮਿਲਦਾ ਹੈ ਅਤੇ ਤਾਂ ਕਰਕੇ ਇੱਕ ਸਪੈਸ਼ਲ ਡੇ ਰੱਖਿਆ ਗਿਆ ਹੈ ਕਿ ਸਾਰੇ ਬਜ਼ੁਰਗ ਸਾਰਿਆਂ ਦੀਆਂ ਗੱਲਾਂ ਬਾਤਾਂ ਬੈਠ ਕੇ ਇਕੱਠੇ ਹੋ ਕੇ ਸੁਣ ਸਕਣ ਅਤੇ ਆਪਣੀਆਂ ਕਹਾਣੀਆਂ ਸ਼ੇਅਰ ਕਰ ਸਕਣ। ਅਤੇ ਸਕੂਲਾਂ ਵਿੱਚ ਵੀ ਇਹ ਇਵੈਂਟ ਬਹੁਤ ਹੀ ਇੱਕ ਵਧੀਆ ਤਰ੍ਹਾਂ ਮਨਾਇਆ ਗਿਆ ਹੈ, ਜਿਹਦੇ ਵਿੱਚ ਪੋਇਮਸ ਅਤੇ ਸੌਂਗਸ ਬੱਚਿਆਂ ਨੇ ਸੁਣਾਈਆਂ ਸੀ। ਤੁਸੀਂ ਕੀ ਕਹਿੰਦੇ ਹੋ ਵਿਮੀ ਜੀ ਦੇ ਬਾਰੇ? ਬਿਲਕੁਲ ਸਰ, ਠੀਕ ਹੈ। ਇਸ ਰਿਸ਼ਤੇ ਦੀ ਐਕਚੁਅਲੀ ਬਹੁਤ ਹੀ ਜ਼ਿਆਦਾ ਮਹੱਤਤਾ ਹੈ ਸਾਡੇ। ਗ੍ਰੈਂਡ ਪੇਰੈਂਟਸ ਡੇ ਮਤਲਬ ਦਾਦੀ, ਦਾਦਾ, ਨਾਨੀ, ਨਾਨਾ, ਇਹ ਐਸੇ ਰਿਸ਼ਤੇ ਨੇ ਜਿਨ੍ਹਾਂ ਦੀ ਰੀਸ ਮੇਰੇ ਖਿਆਲ ਕੋਈ ਰਿਸ਼ਤਾ ਹੋਰ ਨਹੀਂ ਕਰ ਸਕਦਾ। ਬਿਲਕੁਲ, ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਵੀ, ਹੁਣ ਵੀ, ਜਦੋਂ ਗਰਮੀਆਂ ਦੀਆਂ ਛੁੱਟੀਆਂ ਪਹਿਲਾਂ ਹੁੰਦੀਆਂ ਸੀ, ਸਭ ਤੋਂ ਵੱਡੀ ਖੁਸ਼ੀ ਹੁੰਦੀ ਸੀ ਅਸੀਂ ਨਾਨਕੇ ਜਾਵਾਂਗੇ। ਬਿਲਕੁਲ, ਨਾਨੀ ਕੇ ਘਰ ਜਾਵਾਂਗੇ। ਨਾਨੀ ਵੀ ਬਹੁਤ ਉਡੀਕਦੀ ਹੈ ਕਿ ਬੱਚੇ, ਬਿਲਕੁਲ ਜੀ, ਵੀ ਅਸੀਂ ਉਡੀਕਦੇ ਹਾਂ ਗਰਮੀਆਂ ਦੀਆਂ ਛੁੱਟੀਆਂ, ਨਾਨੀ ਘਰ ਜਾਵਾਂਗੇ, ਕਦੇ ਅਸੀਂ ਦਾਦਕਿਆਂ ਦੇ ਜਾਵਾਂਗੇ। ਉਹ ਜੋ ਸ਼ੌਂਕ ਹੈ, ਉਹ ਚਾਅ ਹੈ, ਉਹ ਉਹਨਾਂ ਦੀ ਰੀਸ ਕੋਈ ਕਰ ਹੀ ਨਹੀਂ ਸਕਦਾ। ਉਹੀ ਬੱਚੇ ਜਦੋਂ ਵੱਡੇ ਹੋ ਜਾਂਦੇ ਨੇ, ਉਹਨਾਂ ਦੇ ਵਿਆਹ ਹੁੰਦੇ ਨੇ, ਉਹਨਾਂ ਦੇ ਵਿਆਹਾਂ ਦੇ ਉੱਪਰ ਵੀ ਇਸ ਰਿਸ਼ਤੇ ਦੀ ਬਹੁਤ ਬਹੁਤ ਜ਼ਿਆਦਾ ਮਹੱਤਤਾ ਹੈ। ਬਿਲਕੁਲ, ਉਦੋਂ ਤੱਕ ਵਿਆਹ ਮੰਨਿਆ ਨਹੀਂ ਜਾਂਦਾ ਜਦੋਂ ਤੱਕ ਨਾਨਕਾ ਮੇਲ ਨਹੀਂ ਆ ਜਾਂਦਾ। ਬਿਲਕੁਲ, ਇਹ ਦਾਦਕਾ ਮੇਲ ਨਹੀਂ ਆ ਜਾਂਦਾ, ਉੱਥੋਂ ਹੀ ਵਿਆਹ ਸ਼ੁਰੂ ਹੁੰਦਾ। ਸਾਰੀ ਰੌਣਕ ਹੀ ਨਾਨਕਿਆਂ ਦਾਦਕਿਆਂ ਦੇ ਨਾਲ ਲੱਗਦੀ ਹੈ। ਤੇ ਨਾਨਕੇ ਦਾਦਕਿਆਂ ਦੇ ਸਿੱਠਣੀਆਂ ਦੀ ਗੱਲ? ਬਿਲਕੁਲ ਜੀ, ਬਿਲਕੁਲ। ਤੇ ਤੁਸੀਂ ਕਿਉਂ ਨਹੀਂ, ਤੁਸੀਂ ਬਣ ਜਾਓ ਨਾਨਕੇ ਤੇ ਦਾਦਕੇ। ਠੀਕ ਹੈ, ਜੋ ਤੁਸੀਂ ਕਹੋ ਜੋ ਬਣ ਜਾਓ, ਤੁਸੀਂ ਸ਼ੁਰੂ ਕਰੋ ਜੀ। ਚਲੋ ਜੀ। ਇਹਨਾਂ ਦਾਦਕਿਆਂ ਦੇ ਮੂੰਹ ਚੋੜੇ ਢਿੱਡ ਪੋਲੇ, ਇਹਨਾਂ ਦਾਦਕਿਆਂ ਦੇ ਮੂੰਹ ਚੋੜੇ ਢਿੱਡ ਪੋਲੇ, ਇਹਨਾਂ ਨਾਨਕਿਆਂ ਦਾ 100-100 ਕਿਲੋ ਪਾਰ, ਇਹਨਾਂ ਨਾਨਕਿਆਂ ਨੂੰ ਕੱਢੋ ਘਰਾਂ ਤੋਂ ਬਾਹਰ। ਚਲੋ, ਸਿੱਠਣੀਆਂ ਤੇ ਚਲਦੀਆਂ ਰਹਿਣੀ, ਕਦੇ ਖਤਮ ਨਹੀਂ ਹੋਣੀਆਂ। ਹੋਰ ਅਸੀਂ ਗ੍ਰੈਂਡ ਪੇਰੈਂਟਸ ਦੀ ਜੋ ਗੱਲ ਕਰ ਰਹੇ ਹਾਂ ਉਹ ਕਰਦੇ ਰਹੀਏ। ਹਾਂਜੀ, ਮੈਂ ਦੱਸਣਾ ਚਾਹੁੰਦੀ ਹਾਂ ਕਿ ਜੁਆਇੰਟ ਫੈਮਿਲੀ ਤੇ ਨਿਊਕਲੀਅਰ ਫੈਮਿਲੀ ਬਾਰੇ। ਹਾਂਜੀ, ਅੱਜ ਕੱਲ੍ਹ ਜੁਆਇੰਟ ਫੈਮਿਲੀਜ਼ ਥੋੜ੍ਹੀਆਂ ਘੱਟ ਗਈਆਂ ਨੇ, ਸਿੰਗਲ ਫੈਮਿਲੀਜ਼ ਜ਼ਿਆਦਾ ਨੇ, ਪਰ ਜੁਆਇੰਟ ਫੈਮਿਲੀਜ਼ 'ਚ ਰਹਿਣ ਕਰਕੇ ਜੋ ਸਾਡੇ ਬੱਚਿਆਂ ਨੂੰ ਸੰਸਕਾਰ ਮਿਲਦੇ ਨੇ, ਜੋ ਉਹਨਾਂ ਨੂੰ ਬਜ਼ੁਰਗਾਂ ਨਾਲ ਰਹਿਣ ਦੇ ਨਾਲ ਇੱਕ ਸ਼ੇਅਰਿੰਗ ਅਤੇ ਇੱਕ ਕੇਅਰਿੰਗ ਦੀ ਭਾਵਨਾ ਆਉਂਦੀ ਹੈ, ਅਤੇ ਨਾਲੇ ਇਸ ਦੇ ਨਾਲ ਉਹਨਾਂ ਨੂੰ ਇੱਕ ਕੰਮ ਕਰਨ ਦੀ ਰਿਸਪੋਂਸੀਬਿਲਿਟੀ, ਵੱਡਿਆਂ ਦਾ ਧਿਆਨ ਰੱਖਣ ਦੀ ਰਿਸਪੋਂਸੀਬਿਲਿਟੀ ਆਉਂਦੀ ਹੈ, ਉਹ ਬਹੁਤ ਜ਼ਰੂਰੀ ਹੈਗੀ ਹੈ ਉਹਨਾਂ ਨੂੰ ਫੈਮਿਲੀ ਲਾਈਫ 'ਚ, ਆਪਣੇ ਅਗਲੀ ਲਾਈਫ 'ਚ ਸਕਸੈਸ ਹੋਣ ਵਾਸਤੇ। ਅਤੇ ਨਾਲੇ ਜਦੋਂ ਕਦੀ ਅਸੀਂ ਜਾਂਦੇ ਹਾਂ ਗੁਰਦੁਆਰੇ, ਅਸੀਂ ਕਿਸੇ ਬਜ਼ੁਰਗ ਨੂੰ ਸਤਿ ਸ਼੍ਰੀ ਅਕਾਲ ਬੁਲਾਈਏ ਜਾਂ ਉਹਨਾਂ ਨੂੰ ਕੁਛ ਅੱਛੀ ਤਰ੍ਹਾਂ ਬੁਲਾਈਏ, ਅਤੇ ਉਹ ਸਾਡੇ ਜਦੋਂ ਸਿਰ ਦੇ ਉੱਤੇ ਆਪਣਾ ਹੱਥ ਰੱਖਦੇ ਨੇ ਅਤੇ ਉਹ ਅਸ਼ੀਸ਼ਾਂ ਹੀ ਦਿੰਦੇ ਨੇ, ਉਹ ਹਮੇਸ਼ਾ ਅਸੀਸ ਹੀ ਦਿੰਦੇ ਨੇ ਤੁਹਾਨੂੰ ਬਜ਼ੁਰਗ। ਇਸ ਕਰਕੇ ਬਜ਼ੁਰਗਾਂ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ। ਤੁਸੀਂ ਅਸੀਸ ਦੀ ਗੱਲ ਕੀਤੀ, ਜਦੋਂ ਬਜ਼ੁਰਗਾਂ ਦਾ ਈਵਨ ਕੰਬਦਾ ਹੋਇਆ ਹੱਥ, ਜਿਹਦੇ ਦਮ ਵੀ ਨਹੀਂ ਹੁੰਦਾ, ਉਹ ਹੱਥ ਸਾਡੇ ਸਿਰਾਂ ਤੇ ਪੈਂਦਾ ਹੈ ਨਾ, ਐਸਾ ਲੱਗਦਾ ਪੂਰੇ ਜ਼ਮਾਨੇ ਦੀ ਦੌਲਤ ਸਾਨੂੰ ਮਿਲ ਗਈ। ਤੇ ਸਾਡੇ ਸਿੱਖੀ ਵਿੱਚ ਕਹਿੰਦੇ ਕਿਰਤ ਕਰੋ ਵੰਡ ਕੇ ਛਕੋ। ਜਦੋਂ ਅਸੀਂ ਜੁਆਇੰਟ ਫੈਮਿਲੀ ਵਿੱਚ ਬਜ਼ੁਰਗਾਂ ਨਾਲ, ਦਾਦੇ ਨਾਲ ਅਤੇ ਨਾਨੀਆਂ ਨਾਲ ਰਹਿੰਦੇ ਹਾਂ, ਸਾਨੂੰ ਇਹ ਸਾਰੀ ਵੈਲਿਊਜ਼
अपने आप सीखने को मिलते हैं क्योंकि इकट्ठे रह के आपस में मेल जोल के काम करना है गया, शेयर करना है गया, ते दान पुन भी करना है। सो यह जो सारे वैल्यूज जिस तरह तुसी कही हैं वो बिल्कुल बहुत ही ज्यादा सानू अपने ग्रैंड पेरेंट्स से मिलते हैं। बिल्कुल बिल्कुल है ना जी, बिल्कुल जी। नाले मैं कहना चाहती सी कि जिस तरह देखो दादे दादियां नानियां होंदियां ने वो सानू साखियां सुनांदियां ने। हां जी हां जी, साखियां सानू पाठ सिखांदियां ने ते यह जेड़ा साडे अगले अगले साडी सारी लाइफ सानू काम आंदा है। बिल्कुल, और एक याद आ गई। हां जी, खानी नानी तेरी मोरनी नु मोर ले गए, बाकी जो बचा था काले चोर ले गए। एक मिनट, अंताक्षरी वाली दादी वाले भी गाना गांदे है ना, दादी अम्मा दादी अम्मा मान जाओ टन टन। मैं इत्थे कहांगी एक होर भी रिश्ता है, दादी दादे दा जां नानी नाने दा पोते पोतियां दे नाल एक बड़ा फ्रेंडली जिहा रिश्ता हो जांदा है। बच्चे कई गल्लां अपने पेरेंट्स नूं नहीं कर सकदे पर ओह दादी दादे नाल शेयर कर लैंदे ने। उहनां दा रिश्ता ही इदां दा हो जांदा कि ओह फ्रेंड बन जांदे ने। कहिंदे ने मूल नालों व्याज ज्यादा चंगा लगदा है, नाले क्योंकि मूल नालों व्याज ज्यादा प्यारा ते थोड़ा जिहा विगाड़दे वी ने दादियां ते नानियां, पर ओ बड़ा प्यार नाल बिगाड़दियां ते ओदे नाल फिर संभाल भी लैंदियां। ताही बच्चे ज्यादा अटैच हुंदे ग्रैंड पेरेंट्स नाल क्योंकि बच्चे भी है ना पेरेंट्स। बिल्कुल बिल्कुल, ऐसे है ही है। हां, जिस तरह तुसी लक्की जी कहा कि हुण ज्यादा जॉइंट फैमिलियां घटदियां जांदियां, ते मैं एक कविता पढ़ी सी, दो लाइनां शेयर करांगी। कहिंदे निक्के हुंदे असीं लड़दे सी, मां मेरी ए मां मेरी ए, वड्डे होए सारे कहण लगे मां तेरी ए मां तेरी ए। सो जिस तरह भी है, जिस तरह का भी टाइम है, एक ब्लैसिंग है कि ताड़ी तुहानू रहण दा मौका मिल रहा इकट्ठे, पर बाकी जिस तरह के भी हालात है सिचुएशनज है तुसी कंट्रोल नहीं कर सकते कई बार, तो जिथे भी रहो तो बहुत खुशी दे नाल ते प्यार इज्जत दे नाल रहो, तो इस तरह इज्जत बनी रहे तो बहुत ही चंगा इस तरह लगता है कि ग्रैंड पेरेंट्स भी खुश ते सारे भी खुश रहे ते खुशियां मिलदी हैं। सही गल, बुजुर्गां दा आशीर्वाद साडे सारयां उपर इस तरह ही बनया रहे, असीं असीं सारे खुशियां मानीए उहनां कोलों जिन्ना सीख सकते हैं वो जरूर सीखिए। ब्लेसिंग है बिल्कुल, क्योंकि ओना दा अपना तजुर्बा होंदा है, वो तजुर्बे दे नाल सीखदे आं आपां सारे कुछ। बिल्कुल बिल्कुल ठीक है जी। ਤੇ ਕਈ ਵਾਰੀ ਜੇ ਅਸੀਂ ਨਹੀਂ ਉਹਨਾਂ ਦਾ ਕੇਅਰ ਕਰ ਸਕਦੇ ਕਿਉਂਕਿ ਕੋਈ ਮਜਬੂਰੀ ਹੋ ਸਕਦੀ ਹੈ, ਹੋਰ ਫੈਸਿਲਿਟੀਜ਼ ਅਵੇਲੇਬਲ ਹੈਗੀਆਂ ਨੇ, ਤੁਸੀਂ ਹੈਲਥ ਕੇਅਰ ਪ੍ਰੋਫੈਸ਼ਨਲਸ ਨੂੰ ਘਰ ਬੁਲਾ ਸਕਦੇ ਹੋ ਉਹਨਾਂ ਦੀ ਦੇਖਭਾਲ ਕਰਨ ਵਾਸਤੇ, ਪਰ ਉਹਨਾਂ ਦੀ ਜੋ ਇੱਜ਼ਤ ਹੈ ਪਿਆਰ ਹੈ ਉਹਦੇ ਵਿੱਚ ਕਮੀ ਨਹੀਂ ਆਉਣੀ ਚਾਹੀਦੀ, ਮੇਲ ਜੋਲ ਬਣਿਆ ਰਹਿਣਾ ਚਾਹੀਦਾ। ਹਾਂਜੀ ਹਾਂਜੀ ਹਾਂਜੀ, ਇਸੇ ਦੇ ਨਾਲ ਹੀ ਇੱਕ ਬਲੈਸਿੰਗ ਹੈ ਸਾਡੀ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਪਿਆਰ ਤੇ ਜਿੱਤਣਾ ਰਹੋ, ਤੇ ਇਸੇ ਤਰ੍ਹਾਂ ਪੰਜਾਬੀ ਵਿਰਸੇ ਟੀਮ ਵੱਲੋਂ ਸਾਨੂੰ ਸਾਰੇ ਮਤਲਬ ਕੋਈ ਸਤਿ ਸ਼੍ਰੀ ਅਕਾਲ ਤੇ ਵੇਖਦੇ ਰਹੋ ਜੀ, ਹਰ ਐਤਵਾਰ ਤੀਸਰੇ ਸੰਡੇ 9 ਵਜੇ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।